ਨਾਂ ਨਰੇਸ਼ ਕੁਮਾਰ, ਵਾਸੀ ਬਸੰਤ ਕਲੋਨੀ। ਬਿਨੇ ਬਣ ਜਾਂਦੀ ਹੈ, ਸਾਡੇ ਪੜੋਸੀ ਨੇ ਜੀ, ਬਿਲਕੁਲ ਦੁਪਹਿਰ ਨੂੰ ਕਿਤੇ ਕੱਲ੍ਹ ਆਏ ਕੁਛ ਪੂਜਾ ਸਮੱਗਰੀ ਪਵਾਉਣ ਇੱਥੇ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਘਰਦਿਆਂ ਨੂੰ ਪਤਾ ਲੱਗ, ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨਾਂ ਨੇ ਪੜਤਾਲ ਚਾਲੂ ਕੀਤੀ। ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਅਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ, ਸਾਰੇ ਮੁਨੀ ਘਰ ਕਾਰਵਾਈ ਕੀਤੀ ਜੋ ਵੀ ਹੈਗੀ ਹੈ। ਅਤੇ ਹੁਣ ਸਵੇਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ, ਨਹੀਂ ਪਛਾਣੀ ਕੋਈ ਨਹੀਂ, ਪਛਾਣੀ ਕੋਈ ਨਹੀਂ ਘਰ। ਕੋਈ ਵੀਡੀਓ ਵਗੈਰਾ ਦਿਖਾਈ ਜਾ ਰਹੀ ਤੁਹਾਡੇ ਵੱਲੋਂ ਉਹਨਾਂ ਦੀ? ਉਦੋਂ ਘਰੋਂ ਜਦੋਂ ਆਏ ਸੀ ਨਾ, ਉਦੋਂ ਮੇਰੇ ਕੈਮਰੇ 'ਚ ਸਾਹਮਣੇ ਰਿਕਾਰਡਿੰਗ ਹੋਈ ਦੀ ਹੈ, ਜੋ ਘਰ ਤੁਰੇ ਸੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ। ਇਹਨੇ ਕੋਲ ਮੈਂ ਸਕੂਟੀ 'ਤੇ ਸੀ, ਹਾਂ ਸਕੂਟੀ ਇੱਥੇ ਲੱਗੀ, ਸਕੂਟੀ ਸ਼ਾਮ ਨੂੰ ਇੱਥੇ ਲੱਗੀ ਸੀ ਜਦੋਂ ਅਸੀਂ ਆਏ ਸੀ, ਸਕੂਟੀ ਇੱਥੇ ਸੀ। ਦੇਖਣਾ ਕੋਈ ਤਕਰੀਬਨ 2 ਵਜੇ ਘਰੋਂ ਆਇਆ, ਕੋਈ ਪੂਜਾ ਦੀ ਸਮੱਗਰੀ ਪਵਾਉਣ ਵਾਸਤੇ ਆਏ ਸੀ ਬਸੰਤ ਕਲੋਨੀ, ਬਿਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ। ਉਹਦੇ ਬਾਅਦ ਉਹਨਾਂ ਦੇ ਘਰ ਕਾਫੀ ਮਤਲਬ 1-2 ਘੰਟੇ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਉਹ ਵਾਪਸ ਨਹੀਂ, ਉਹਨਾਂ ਨੇ ਫੋਨ ਫੂਨ ਲਾਇਆ, ਫੋਨ ਬੰਦ ਸੀਗਾ। ਫਿਰ ਜਦੋਂ ਅਸੀਂ ਸਾਰਾ ਮਹੱਲਾ ਤਕਰੀਬਨ ਇੱਥੇ ਆ ਕੇ ਦੇਖਿਆ, ਇੱਥੇ ਮਤਲਬ ਇੱਕ ਬੋਡੀ ਦੇਖੀ, ਥੋੜੀ ਜਿਹੀ ਝਲਕ ਪਈ, ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ। ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪੂਰ ਫਿਸਲ ਕੇ ਉਹ ਪਾਣੀ ਦੇ ਵਿੱਚ ਚੱਲ ਗਿਆ। ਇੱਕ ਬੋਡੀ ਨੂੰ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ, ਤੇ ਇੱਕ ਦਾ ਅਜੇ ਕੋਈ ਪਤਾ ਨਹੀਂ ਹੈ ਜੀ। ਬਿਨੇ ਮਹਾਜਨ ਦੀ ਮਿਲੀ ਹੈ ਸ਼ਾਇਦ। ਕੀ ਕਾਰਨ ਕੀ ਲੱਗਦਾ, ਕਿਸ ਤਰੀਕੇ ਨਾਲ ਹਾਦਸਾ ਹੋਇਆ? ਪੈਰ ਫਿਸਲਣ ਦਾ ਕਾਰਨ ਹੀ ਹੋਇਆ।